ਜਦੋਂ ਵੀ ਸੰਸਾਰ ਦੇ ਅੰਦਰ ਕਿਸੇ ਵੱਡੇ ਬ੍ਰਹਮ ਗਿਆਨੀ ਪੁਰਖ ਨੇ ਆਉਣਾ ਹੁੰਦਾ ਹੈ, ਸੰਗਤ ਜੀ ਉਹਦੇ ਆਉਣ ਦੇ ਚਿੰਨ੍ਹ ਪਹਿਲਾਂ ਹੀ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹੈ। ਜਿਸ ਵੇਲੇ ਅਜੇ ਮਾਤਾ ਰਤਨ ਕੌਰ ਜੀ ਦਾ ਵਿਆਹ ਨਹੀਂ ਸੀ ਹੋਇਆ, ਆਪਣੇ ਪੇਕੇ ਪਰਿਵਾਰ ਵਿੱਚ ਹੀ ਰਹਿ ਰਹੇ ਸਨ, ਉਸ ਵੇਲੇ ਆਖਦੇ ਕਿ ਇੱਕ ਤ੍ਰੈਕਾਲ ਦਰਸ਼ੀ ਸਾਧੂ ਜਟਾ ਜੂਟ ਜਿਹਨੇ ਲੰਬਾ ਚੋਲਾ ਪਾਇਆ ਹੋਇਆ ਹੈ, ਉਹ ਮਾਤਾ ਜੀ ਦੇ ਘਰ ਆਇਆ ਅਤੇ ਆ ਕੇ ਸਤ ਕਰਤਾਰ ਦਾ ਹੋਕਾ ਦਿੱਤਾ। ਜਿਸ ਵੇਲੇ ਸਤ ਕਰਤਾਰ ਦਾ ਹੋਕਾ ਦਿੱਤਾ, ਮਾਤਾ ਰਤਨ ਕੌਰ ਜੀ ਨੇ ਆ ਕੇ ਤ੍ਰੈਕਾਲ ਦਰਸ਼ੀ ਸਾਧੂ ਨੂੰ ਆਖਦੇ ਕਿ ਛਕਣ ਦੇ ਵਾਸਤੇ ਭੋਜਨ ਦਿੱਤਾ। ਸਾਧੂ ਬੜਾ ਪ੍ਰਸੰਨ ਹੋਇਆ ਅਤੇ ਉਸੇ ਵੇਲੇ ਬੀਬੀ ਰਤਨ ਕੌਰ ਜੀ ਦੀ ਮਾਤਾ ਮਾਤਾ ਮਹਿਤਾਬ ਕੌਰ ਨੂੰ ਆਖਿਆ ਕਿ ਬੀਬੀ ਤੇਰੀ ਧੀ ਦੇ ਬੜੇ ਵੱਡੇ ਭਾਗ ਨੇ, ਇਹਦੀ ਕੁੱਖ ਤੋਂ ਬਹੁਤ ਵੱਡਾ ਕਾਰਕ ਮਹਾਂਪੁਰਖ ਬ੍ਰਹਮ ਗਿਆਨੀ ਬ੍ਰਹਮ ਬੇਤਾ ਮਹਾਂਪੁਰਖ ਜਨਮ ਲਵੇਗਾ। ਤੋ ਇਹ ਸੰਗਤ ਜੀ ਪਹਿਲੀ ਇਹੋ ਜਿਹੀ ਇਹ ਘਟਨਾ ਸੀ ਜਿਹੜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਸੰਸਾਰ ਦੇ ਵਿੱਚ ਵਾਪਰੀ। ਉਪਰੰਤ ਜਿਸ ਵੇਲੇ ਮਾਤਾ ਮਹਿਤਾਬ ਕੌਰ ਜੀ ਨੇ ਬੀਬੀ ਰਤਨ ਕੌਰ ਦਾ ਜਿਹੜਾ ਰਿਸ਼ਤਾ ਹੈ ਉਹ ਭਾਈ ਰਾਮ ਸਿੰਘ ਨਾਲ ਕਰ ਦਿੱਤਾ, ਉਪਰੰਤ ਵਿਆਹ ਹੋਇਆ। ਤੋ ਇੱਕ ਜਿਹੜੀ ਘਟਨਾ ਉਹ ਸੰਤਾਂ ਦੇ ਆਪਣੇ ਨਗਰ ਆਲੂਵਾਲ ਦੇ ਵਿੱਚ ਵੀ ਵਾਪਰੀ। ਫਿਰ ਇਸੇ ਤਰ੍ਹਾਂ ਕੋਈ ਸਾਧੂ ਆਖਦੇ ਕਿ ਭਾਈ ਰਾਮ ਸਿੰਘ ਹੁਣਾਂ ਨੂੰ ਆ ਕੇ ਮਿਲਿਆ, ਸੰਤਾਂ ਦੇ ਪਿਤਾ ਨੂੰ ਜਿਸ ਵੇਲੇ ਮਿਲਿਆ ਤਾਂ ਉਸ ਵੇਲੇ ਇੱਕ ਗੁਲਾਬ ਦਾ ਫੁੱਲ ਉਸ ਸਾਧੂ ਨੇ ਬਾਬਾ ਰਾਮ ਸਿੰਘ ਹੁਣਾਂ ਨੂੰ ਭੇਟਾ ਕੀਤਾ ਅਤੇ ਨਾਲ ਹੀ ਇਹ ਬਚਨ ਕੀਤੇ ਕਿ ਭਾਈ ਰਾਮ ਸਿੰਘ ਜੀ ਤੁਹਾਡਾ ਪਰਿਵਾਰ ਹੀ ਇਹੋ ਜਿਹਾ ਹੈ ਜਿਹੜਾ ਇਸ ਸੁਗੰਧੀ ਨੂੰ ਸਾਂਭਣ ਦੇ ਲਾਇਕ ਹੈ, ਜਿਹੜਾ ਇਸ ਸੁਗੰਧੀ ਨੂੰ ਪੂਰੇ ਸੰਸਾਰ ਦੇ ਵਿੱਚ ਫੈਲਾਵੇਗਾ। ਤੋ ਉਸ ਵੇਲੇ ਆਖਦੇ ਕਿ ਭਾਈ ਰਾਮ ਸਿੰਘ ਹੁਣਾਂ ਨੇ ਨਿਮਰਤਾ ਦੇ ਵਿੱਚ ਆ ਕੇ ਸਾਧੂ ਨੂੰ ਪੁੱਛਿਆ ਕਿ ਸਾਧੂ ਜੀ ਇਹ ਇੱਕ ਗੁਲਾਬ ਦਾ ਜਿਹੜਾ ਫੁੱਲ ਹੈ ਇਹ ਕਿਵੇਂ ਪੂਰੇ ਸੰਸਾਰ ਦੇ ਵਿੱਚ ਮਹਿਕ ਵੰਡੇਗਾ। ਉਸ ਵੇਲੇ ਸਾਧੂ ਜੀ ਨੇ ਆਖਦੇ ਕਿ ਮੁਸਕਰਾ ਕੇ ਬਚਨ ਕੀਤੇ ਕਿ ਭਾਈ ਇਹ ਪਾਰਸ ਦੀ ਨਿਆਈ ਹੈ। ਜਿਵੇਂ ਪਾਰਸ ਦਾ ਬੜਾ ਵੱਡਾ ਸੰਸਾਰ ਦੇ ਅੰਦਰ ਮਹੱਤਵ ਹੈ, ਪੁਰਾਤਨ ਗ੍ਰੰਥਾਂ ਦੇ ਅੰਦਰ ਸੰਗਤ ਜੀ ਬਚਨ ਆਉਂਦੇ ਹੈ ਕਿ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਕਿ ਜਿਵੇਂ ਜਿਹੜਾ ਪਾਰਸ ਹੈ ਜਿਸ ਵੇਲੇ ਵੀ ਕਿਸੇ ਧਾਤੂ ਨੂੰ ਛੂਹ ਜਾਵੇ ਸੋਨਾ ਬਣਾ ਦਿੰਦਾ, ਇਸੇ ਤਰ੍ਹਾਂ ਆਖਦੇ ਕਿ ਸਾਧੂ ਹੈ ਕਿ ਜਿਹੜਾ ਵੀ ਕੋਈ ਸਾਧੂ ਦੀ ਇੱਕ ਮਨ ਇੱਕ ਚਿੱਤ ਹੋ ਕੇ ਸੰਗਤ ਕਰ ਲਵੇ, ਸਾਧੂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਕਮਾ ਲਵੇ, ਅਖੀਰ ਨੂੰ ਸੰਗਤ ਜੀ ਸਾਧੂ ਦਾ ਹੀ ਰੂਪ ਹੋ ਜਾਂਦਾ। ਤੋ ਇਸ ਤਰ੍ਹਾਂ ਦੇ ਜਿਹੜੇ ਮਹਾਨ ਵਰ ਨੇ ਪਹਿਲਾਂ ਹੀ ਮਾਤਾ ਪਿਤਾ ਨੂੰ ਸੰਤਾਂ ਦਿਆਂ ਨੂੰ ਮਿਲੇ, ਸਮਾਂ ਪਾ ਕੇ ਅਖੀਰ ਨੂੰ ਅੱਜ ਦਾ ਉਹ ਦਿਨ ਆ ਗਿਆ ਜਿਸ ਵੇਲੇ 4 ਅਗਸਤ 1905 ਵਾਲੇ ਦਿਨ ਅੰਮ੍ਰਿਤ ਵੇਲੇ ਬ੍ਰਹਮ ਬੇਤੇ ਕਾਰਕ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਸੰਸਾਰ ਦੇ ਵਿੱਚ ਜਨਮ ਲਿਆ। ਤੋ ਇਹੋ ਜਿਹੀਆਂ ਘਟਨਾਵਾਂ ਬੇਅੰਤ ਉਸ ਵੇਲੇ ਵਾਪਰੀਆਂ ਕਿਉਂਕਿ ਸੰਸਾਰ ਦੇ ਵਿੱਚ ਲਗਭਗ 16 ਤੋਂ ਲੈ ਕੇ 17-18 ਮਹਾਂਪੁਰਖ ਆਖਦੇ ਬ੍ਰਹਮ ਗਿਆਨੀ ਮਹਾਂਪੁਰਖ ਇਕੱਠੇ ਹੀ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਤੇ